ਸ਼ਾਮਲ ਹੋਵੋ, ਜਥੇਬੰਦ ਹੋਵੋ ਤੇ ਉਹ ਸੇਵਾਵਾਂ ਜਿਹੜੀਆਂ ਆ ਗੁਰਦੁਆਰਾ ਸਾਹਿਬਾਨਾਂ ਤੋਂ ਲੈ ਲਓ। ਹਰੇਕ ਗੁਰਦੁਆਰਾ ਸਾਹਿਬ ਜਿਹੜਾ ਆ, ਮੈਂ ਇੱਥੋਂ ਸਟੇਜ ਤੋਂ ਕਹਿ ਰਿਹਾ, ਤਿੰਨ ਚਾਰ ਪੰਜ ਗੁਰਦੁਆਰੇ ਸਾਹਿਬ ਦੇ ਸੇਵਾਦਾਰ ਇੱਥੇ ਹੈਗੇ ਆ, ਉਹ ਦੇਣ ਲਈ ਵੀ ਤਿਆਰ ਆ। ਸਾਡੀ ਸਿਰਫ ਇੱਕ ਕਪੈਸਿਟੀ ਦਾ ਇਸ਼ੂ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਵਿੱਚ ਆ, ਅਤੇ ਸਾਡੇ ਨੌਜਵਾਨ ਜਿਹੜੇ ਆ ਉਹਨਾਂ ਦਾ ਵੀ ਇੱਕ ਇਸ਼ੂ ਆ, ਜਿਹੜਾ ਮੈਨੂੰ ਵੀ ਪਤਾ ਆ ਕਰਕੇ ਮੈਂ ਵੀ ਇੱਥੇ ਦਾ ਇਗਜ਼ਾਮ ਪਾਲਿਆ ਕਿ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਆ ਉਹਨਾਂ ਦੇ ਐਕਸਪੀਰੀਅੰਸ ਕਾਰਨ ਪਿਛਲੇ 15-20 ਸਾਲਾਂ ਦਾ, ਭਾਵੇਂ ਹੁਣ ਦੇ ਹੋਣ ਜਾਂ ਪਹਿਲਿਆਂ ਦੇ ਹੋਣ, ਉਹਨਾਂ ਕਾਰਨ ਉਹ ਇੱਧਰ ਨੂੰ ਨਹੀਂ ਆ ਰਹੇ। ਉਹਨਾਂ ਨੂੰ ਇੱਕ ਬਲੌਕ ਦੱਸਦੀ ਹੈ, ਖਾਸ ਕਰਕੇ ਸਾਡੀਆਂ ਬੀਬੀਆਂ ਨੂੰ। ਜਦੋਂ ਇਹ ਤੋਂ ਬੋਲਣਾ ਵੀ ਹੈ, ਮੈਂ ਇੱਕ ਛੋਟੀ ਜਿਹੀ ਗੱਲ ਲੱਗਣੀ ਹੈ, ਬਹੁਤ ਵੱਡੀ ਗੱਲ ਆ। ਜਦੋਂ ਅਸੀਂ ਇਹਦੀ ਕਹਿਣਾ ਹੈ ਕਿ ਅਸੀਂ ਇਹ ਜਿਹੜਾ ਮਾਈਕ ਆ, ਲਾਈਕ ਐਸ ਇਨ ਮੈਂ ਆਪਣੇ ਸਿੰਘਾਂ ਨਾਲ ਹੀ ਗੱਲ ਕਰਦਾ ਰਹਿੰਦਾ, ਇਹ ਸਾਡੇ ਤੋਂ ਵੀ ਹੋ ਜਾਂਦਾ ਹੈ, ਕਿਉਂਕਿ ਸਾਡੇ ਦਿਮਾਗ 'ਚ ਹੀ ਇਹ ਗੱਲ ਬੜੀ ਹੈ ਕਿ ਇਹ ਜਿਹੜੇ ਸਟੇਜਾਂ ਆ ਇਹ ਸਿੰਘਾਂ ਲਈ ਸਦਾ ਲਈ ਖੁੱਲ੍ਹੇ ਆ। ਮਤਲਬ ਤਾਂ ਇਹ ਹੈ ਕਿ ਸਿੱਖਾਂ ਦੇ ਸਦਾ ਖੁੱਲ੍ਹੇ ਆ, ਸਾਡੀ ਬੀਬੀਆਂ ਲਈ, ਕੌਰਾਂ ਲਈ ਵੀ ਖੁੱਲ੍ਹੇ ਆ। ਪਰ ਜਿਹੜਾ ਸ਼ਬਦ ਮੂੰਹੋਂ ਨਿਕਲਦਾ ਹੈ ਉਹ ਇਮੀਡੀਏਟਲੀ ਸਾਡੀਆਂ ਜਿਹੜੀਆਂ ਬੀਬੀਆਂ ਆ ਜਾਂ ਸਾਡੇ ਬੱਚੇ ਆ, ਮੇਰੀ ਵੀ 10 ਸਾਲ ਦੀ ਬੱਚੀ ਹੈ, ਉਹ ਟਰਨ ਆਫ ਹੋ ਜਾਂਦੇ ਆ। ਉਹਨਾਂ ਨੂੰ ਸਾਡੀ ਜਿਹੜੀ ਇਹ ਗੱਲਾਂ ਆ ਸਾਨੂੰ ਲੱਗਦੀਆਂ ਬਹੁਤ ਛੋਟੀਆਂ ਨੇ, ਪਰ ਇੱਕ ਕਾਮਨ ਸਪੇਸ ਦੇ ਵਿੱਚ ਉਹਨਾਂ ਨੂੰ ਇੱਕ ਜਗ੍ਹਾ ਜਿਹੜੀ ਹੈ, ਸਿਰਫ ਇਹ ਨਹੀਂ ਕਿ ਉਹਨਾਂ ਨੇ ਲੈਣੀ ਹੈ, ਅਸੀਂ ਦੇਣੀ ਵੀ ਹੈ, ਦੋਨੀਆਂ ਗੱਲਾਂ ਚੱਲਦੀਆਂ ਹੈ। ਅਤੇ ਨੌਜਵਾਨਾਂ ਦੇ ਵਿੱਚ ਤਾਂ ਮੈਂ ਕਹਿ ਰਿਹਾ ਕਿ ਜੇ ਉਹ ਜਥੇਬੰਦ ਹੋਣ, ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਕੰਪੈਲ ਕਰ, ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ, ਅਸੀਂ ਆਹ ਰਿਸੋਰਸਿਸ ਬਣਾਏ ਆ, ਜੇ ਲਗਾਤਾਰ ਨੌਜਵਾਨ ਜਥੇਬੰਦ ਮਹੀਨੇ ਮਹੀਨੇ ਬਾਅਦ ਮਿਲਦੇ ਆ, ਜੋ ਅੱਜ ਕਨਫਿਊਜ਼ਨ ਆ ਕਿ ਕਿਹਨੂੰ ਸੱਦੀਏ, ਕਿਹਨੂੰ ਬੁਲਾਈਏ, ਕਿਹਨੂੰ ਚਿੱਠੀ ਲਿਖੀਏ, ਕਿੱਦਾਂ ਦੀ ਚਿੱਠੀ ਲਿਖੀਏ, ਕਿੱਥੋਂ ਇਨਫੋਰਮੇਸ਼ਨ ਆਉਣੀ ਹੈ, ਤੁਹਾਡਾ ਇੱਕ ਰਿਸੋਰਸ ਪੂਲ ਪਹਿਲਾਂ ਹੀ ਤਿਆਰ ਹੋਣਾ ਚਾਹੀਦਾ। ਉਹ ਸਭ ਕੁਝ ਤਿਆਰ ਹੋਵੇ, ਪਤਾ ਤੁਹਾਨੂੰ ਹੈਗਾ ਹਮਲਾ ਹੋਣਾ ਆ, ਜ਼ਰੂਰ ਹੋਣਾ ਆ, ਲਗਾਤਾਰ ਹੋ ਰਹੇ ਆ। ਇਹ ਆ ਕਿ ਹਮਲੇ ਹੋਣ ਤੋਂ ਬਾਅਦ ਅਸੀਂ ਜਥੇਬੰਦ ਹੁੰਦੇ ਹਾਂ, ਹਮਲੇ ਹੋਣ ਤੋਂ ਬਾਅਦ ਹੀ ਅਸੀਂ ਇਹ ਗੱਲਾਂ ਵੱਲ ਧਿਆਨ ਦਿੰਦੇ ਹਾਂ। ਇਹ ਕੋਈ ਮਾਯੂਸੀ ਵਾਲੀ ਗੱਲ ਵੀ ਨਹੀਂ ਹੈਗੀ, ਮੈਂ ਕੋਈ ਲਾਂਤਾਂ ਦੇਣੀ ਆ ਕਿਸੇ ਨੂੰ, ਮੈਂ ਐਸੀ ਇੱਥੇ ਇਹ ਆ ਕਿ ਮਾਯੂਸੀ ਆਉਣੀ ਨਹੀਂ ਚਾਹੀਦੀ ਇਹ ਮਾਹੌਲ ਦੇ ਵਿੱਚ। ਜੇ ਅਸੀਂ ਮੰਨਦੇ ਹਾਂ ਕਿ ਅਸੀਂ ਗੁਲਾਮ ਇੱਕ ਗੁਲਾਮੀ ਕੱਟ ਰਹੇ ਹਾਂ, ਇਹਦੇ ਵਿੱਚ ਇਹੋ ਜਿਹੀਆਂ ਗੱਲਾਂ ਹੋਣੀਆਂ ਆ, ਪਰ ਇਹਦੇ ਵਿੱਚ ਮਾਯੂਸ ਨਹੀਂ ਹੋਣਾ, ਜਥੇਬੰਦ ਹੋਣਾ ਹੈ। ਸੰਤਾਂ ਦੀ ਗੱਲ ਇਹੀ ਹੁੰਦੀ ਸੀਗੀ ਕਿ ਤੁਸੀਂ ਕਮਰ ਕਸਾ ਕਰੋ, ਪਰ ਸਿਰਫ ਕਮਰ ਕਸਾ ਨਾ ਕਰੋ, ਕਮਰ ਕਸਾ ਕਰਕੇ ਤੁਰੋ, ਗੱਲ ਨਹੀਂ ਕਰਨੀ, ਗੱਲ ਕਰਕੇ ਉਹਦੇ ਵਿੱਚ ਕੋਈ ਅਸੀਂ ਐਕਸ਼ਨ ਵੀ ਕਮਾਉਣਾ ਹੈ। ਉਹਦੇ ਲਈ ਮੈਂ ਨੌਜਵਾਨਾਂ ਨੂੰ ਪ੍ਰੇਰ ਰਿਹਾ ਕਿ ਅੱਜ ਤੁਹਾਡੀ ਇੱਥੇ ਮੀਟਿੰਗ ਹੋਈ, 40-50 ਇੱਥੇ ਨੌਜਵਾਨ ਆਏ ਸੀ, ਇਹਨੂੰ ਇੱਦਾਂ ਹੀ ਲਗਾਤਾਰ ਰੱਖੋ, ਹੋਰ ਨੌਜਵਾਨ ਜੋੜੋ। ਜਦੋਂ ਤੁਸੀਂ 100, 200, 500 ਦੀ ਤੁਹਾਡੀ ਫੋਰਸ ਬਣ ਗਈ, ਤੁਸੀਂ ਪੰਥ ਲਈ ਕੰਮ ਕਰਨਾ ਆ, ਤੁਸੀਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜੁੜਨਾ ਆ, ਤੁਸੀਂ ਉਹਨਾਂ ਦਾ ਕੰਮ ਤੁਸੀਂ ਉਹਨਾਂ ਲਈ ਕਰ ਸਕਦੇ ਆ, ਜਿਹੜਾ ਨੈਰੇਟਿਵ ਤੁਸੀਂ ਸਿਰਜਣਾ ਚਾਹੁੰਦੇ ਆ, ਜਿਸ ਤਰੀਕੇ ਨਾਲ ਸਿਰਜਣਾ ਚਾਹੁੰਦੇ ਆ। ਇਹ ਗੁਰਦੁਆਰਾ ਜਿਹੜੇ ਇਹ ਪ੍ਰਬੰਧਕ ਜਿਹੜੇ ਅਸੀਂ ਸਾਰੇ ਹਾਂ, ਅਸੀਂ ਕਦੀ ਵੀ ਨਾ ਨਹੀਂ ਕਰ ਸਕਦੇ, ਜੇ ਕਰੋਂਗੇ ਤੁਸੀਂ ਘੇਰ ਲਿਓ। ਇਸ ਗੱਲ ਤੋਂ ਵੀ ਨਹੀਂ ਕਦੀ ਡਰਨਾ ਚਾਹੀਦਾ। ਪ੍ਰਬੰਧਕ ਜਿਹੜੇ ਆ, ਐਟ ਦੀ ਐਂਡ ਆਫ ਦੇ ਮੈਂ ਮਾਫ਼ ਕਰਨਾ, ਉਹ ਕੁਛ ਵੀ ਨਹੀਂ, ਸੰਗਤ ਸਭ ਕੁਛ ਆ। 200-500 ਬੰਦਾ ਇਕੱਠਾ ਹੋ ਕੇ ਕਿਉਂ ਨਹੀਂ ਮੇਰੇ ਵਰਗੇ ਨੂੰ ਘੇਰ ਸਕਦਾ ਕਿ ਭਾਈ ਜਿੱਥੇ ਤੋਂ ਨਹੀਂ ਹੁੰਦਾ ਪਾਸੇ ਹੋ, ਜਿੱਥੇ ਤੋਂ ਸਹੀ ਤਰੀਕੇ ਨਾਲ ਨਹੀਂ ਜਵਾਬ ਹੁੰਦਾ ਪਾਸੇ ਹੋ, ਸਾਡੇ ਕੋਲ ਹੈਗੇ ਆ ਜਿਹੜੇ ਦਊਗੇ। ਇਸ ਚੀਜ਼ ਦੀ ਸਭ ਤੋਂ ਹੁਣ ਵੱਡੀ ਲੋੜ ਆ। ਅਖੀਰ ਦੇ ਵਿੱਚ ਮੈਂ ਗੱਲ ਖਾਲਿਸਤਾਨ ਦੀ ਕਰਨੀ ਆ, ਇਹ ਵੀ ਇੱਕ ਗੱਲ ਜਿਹੜੀ ਆ ਜ਼ਰੂਰੀ ਸੀਗੀ ਕਿ ਸਿਰਫ ਉਹਦਾ ਜ਼ਿਕਰ ਨਹੀਂ, ਮੈਂ ਗੱਲ ਇਸ ਤਰ੍ਹਾਂ ਕਰਨੀ ਆ ਕਿ ਖਾਲਿਸਤਾਨ ਨੂੰ ਕਿਸੇ ਵੀ ਮੋਰਚੇ ਤੋਂ ਵਾਂਝਾ ਨਾ ਕਰਿਆ ਕਰੋ। ਲਗਾਤਾਰ ਕੋਈ ਵੀ ਮੋਰਚਾ ਚੱਲਦਾ ਸਿੱਖਾਂ ਦਾ, ਖਾਲਿਸਤਾਨ ਨੂੰ ਸੈਪਰੇਟ ਕਰਕੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਉਹ ਕਿਉਂ? ਪੱਛਮ ਦੇ ਵਿੱਚ ਤਾਂ ਇਹਦੀ ਗੱਲ ਦੀ ਕੋਈ ਸਮਝ ਹੀ ਨਹੀਂ ਆਉਂਦੀ ਮੈਨੂੰ, ਪਰ ਮੈਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਿਉਂਕਿ ਜਦੋਂ ਤੁਸੀਂ ਕਹਿੰਦੇ ਹਾਂ ਕਿ ਅਸੀਂ ਮੀਡੀਆ ਨੂੰ ਨਾਲ ਜੋੜਨਾ ਆ, ਜਦੋਂ ਤੁਸੀਂ ਪਬਲਿਕ ਨੂੰ ਨਾਲ ਜੋੜਨਾ ਆ, ਇਹ ਗੋਰਿਆਂ ਨੂੰ ਨਾਲ ਜੋੜਨਾ ਆ, ਇੰਨੀ ਛੇਤੀ ਇਹਨਾਂ ਨੇ ਨਹੀਂ ਜੋੜਨਾ। ਫਿਰ ਸਾਨੂੰ ਇਹ ਆ ਕਿ ਚਲੋ ਖਾਲਿਸਤਾਨ ਕੱਟ ਦਿਓ ਗੱਲ 'ਚੋਂ, ਕਿ ਹੋ ਸਕਦਾ ਹਿਊਮਨ ਰਾਈਟਸ ਦੇ ਅਧੀਨ ਹੀ ਇਹ ਸਾਡੀ ਗੱਲ ਮੰਨਣ। ਤੁਸੀਂ ਇੱਕ ਲਿਮਿਟੇਸ਼ਨ ਦਾਇਰੇ ਦੇ ਵਿੱਚ ਇਸ ਗੱਲ ਨੂੰ ਲਿਆਉਂਦੇ ਆ, ਇਹ ਗੱਲ ਗਲਤ ਹੈ ਸਾਡੇ ਲਈ। ਐਜ਼ ਆ ਪੰਥ ਰਾਜ ਭਾਗ ਦੀਆਂ ਗੱਲਾਂ ਜਿਹੜੀਆਂ ਆ, ਜੇ ਕੋਈ ਰਾਜ ਤੋਂ ਮੁਨਕਰ ਆ ਉਹ ਇਸ ਪੰਥ ਦਾ ਹੋ ਹੀ ਨਹੀਂ ਸਕਦਾ, ਇਹ ਇੱਕ ਹੁਕਮ ਆ, ਇੱਦਾਂ ਇਹਨੂੰ ਮੰਨਣਾ ਪੈਣਾ। ਰਾਜ ਇੱਕ ਹੁਕਮ ਆ ਗੁਰੂ ਸਾਹਿਬ ਵੱਲੋਂ, ਕਿਸ ਰੂਪ ਦੇ ਵਿੱਚ ਆਉਂਦਾ ਆ, ਕਿੱਦਾਂ ਆਉਂਦਾ ਆ, ਇਹ ਪੰਥ ਤੈਅ ਕਰੂਗਾ, ਪਰ ਇਹ ਇੱਕ ਹੁਕਮ ਆ। ਜੇ ਦੋਹਰੇ ਦੇ ਵਿੱਚ ਪੜ੍ਹਦੇ ਹਾਂ, ਬੱਚਿਆਂ ਨੂੰ ਸਿਖਾਉਂਦੇ ਹਾਂ, ਅਤੇ ਇਹ ਸ਼ਬਦਾਵਲੀ ਦੇ ਵਿੱਚੋਂ ਕਦੀ ਨਾ ਕੱਢਿਓ। ਬਹੁਤ ਵੱਡਾ ਇਹ ਇੱਕ ਘਾਟ ਕੌਮ 'ਚ ਪੈਣਾ,
जिस दिन असी आप ही अपने लिमिटेड दायरे दे विच गल करनी है। ये ना होण दिओ किसी भी लाइक तरीके दे नाल इस गल नूं तुसीं करना है। जदों असी अपनी गल ते पानी फेर के अगे पेश करते हैं उहदे विच जिहड़ी डायल्यूशन हुंदी है वह साडे बच्चों ते असर जरूर पाऊगी। उस दिन मोर्चे दे विच साडे बच्चे सी, उस मोर्चे दे विच सब कुछ ठीक सगा।